कारीगर मिलेंगे, कोई वेल्डर मिलेगा, फैब्रिकेटर मिलेगा, फिटर मिलेंगे, सुपरवाइजर होंगे, फोरमैन होंगे, रिगिंग वाला डिपार्टमेंट होगा, सैंड ब्लास्टिंग देखांगे, पेंट वाला डिपार्टमेंट देखांगे, रोलिंग कुंडी देखांगे, शेयरिंग मशीना देखांगे, ओवरहेड क्रेन्स देखांगे, मुख्तलिफ किस्म की मशीनरी देखांगे। ठीक है, जिहड़ियां चीज़ां तुसीं देखियां नईआं होणगीआं, नई चीज़ां देखांगे, उन्हां कोलों सीनियर कोलों पुछणा सर इहदा मुकम्मल सानूं प्रोसैस दस्सो। ठीक है, कि क्रेन किस तरह अपडेट हुंदी, किस तरह वजन उठाया जांदा वा, या सैंड ब्लास्टिंग किस तरह हुंदी आ, ਜਾਂ ਸ਼ੇਰਿੰਗ ਮਸ਼ੀਨ ਕਿਸ ਤਰ੍ਹਾਂ ਆਪਰੇਟ ਹੁੰਦੀ ਹੈ, ਰੋਲਿੰਗ ਕਿਸ ਤਰ੍ਹਾਂ ਹੁੰਦੀ ਹੈ, ਪਲੇਟ ਨੂੰ ਰੋਲ ਕਿਸ ਤਰ੍ਹਾਂ ਕਰੀਦਾ। ਆਪਾਂ ਨੂੰ ਇਹ ਤੇ ਪਤਾ ਨਾ ਕਿ ਪਲੇਟ ਰੋਲ ਕਰਨ ਲਈ ਕਿੰਨੀ ਪਲੇਟ ਚਾਹੀਦੀ ਹੁੰਦੀ ਹੈ, ਓ ਡੀ ਆ ਤੇ ਉਹ ਚਿਰ ਥਿਕਨੈਸ ਮੈਨੇਜ ਕਰ ਦਿੰਦਾ। ਲੇਕਿਨ ਉਹਨੂੰ ਰੋਲ ਕਰਨ ਦਾ ਵੀ ਤਰੀਕਾ ਨਾ ਕਿ ਟੈਂਪਲੇਟ ਕਿਸ ਤਰ੍ਹਾਂ ਬਣਾਈ ਦੀ ਆ, ਇਹ ਸਾਰੀਆਂ ਚੀਜ਼ਾਂ, ਉਸ ਤੋਂ ਬਾਅਦ ਪਾਈਪਿੰਗ ਦਾ ਕੰਮ, ਐਲਬੋ ਫਲਾਂਚ ਹੋ ਗਏ, ਬੋਜ਼ਰ ਬਣਦੇ ਨੇ ਉੱਥੇ, ਉਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ। ਦਿਮਾਗ ਨੂੰ ਬਿਲਕੁਲ ਫਰੈਸ਼ ਕਰਕੇ, ਠੀਕ ਆ, ਕੋਈ ਪਰੇਸ਼ਾਨੀ ਹੈਗੀ ਤਾਂ ਮੈਨੂੰ ਦੱਸ ਦੇਣੀ ਆ। ਠੀਕ ਆ, ਯਾਦ ਨਾ ਸੁਬਹ 8 ਵਜੇ ਤੋਂ ਪਹਿਲੇ ਕੋਈ ਬੰਦਾ ਅਗਰ ਰਹਿ ਗਿਆ ਤਾਂ ਉਹਨੂੰ ਮੈਂ ਨਾਲ ਨਹੀਂ ਲੈ ਕੇ ਜਾਵਾਂਗਾ, ਫਿਰ ਮੈਨੂੰ ਪਿੱਛੋਂ ਫੋਨ ਨਾ ਆਵੇ ਕਿ ਉਸਤਾਦ ਜੀ ਮੈਂ ਰਹਿ ਗਿਆ ਸੀ, ਮੈਨੂੰ ਲੈ ਕੇ ਜਾਓ। ਠੀਕ ਹੋ ਗਿਆ, ਚਲੋ।